ਸਰ ਜਿਹੜੀ ਇਹ ਤੁਸੀਂ ਹੜਤਾਲ ਕਰਦੇ ਪਏ ਹੋ ਇਹ ਕਿਸ ਲਈ ਕਰ ਰਹੇ ਹੋ ਸਰ ਸਾਡੀਆਂ ਨਾ ਤਨਖਾਹਾਂ ਨਹੀਂ ਦੇ ਰਹੇ 25-30 ਮਹੀਨੇ ਹੋ ਗਏ ਸਾਡੀਆਂ ਤਨਖਾਹਾਂ ਨਹੀਂ ਦੇ ਰਹੇ ਨਹੀਂ ਇਹ ਤਨਖਾਹਾਂ ਜਿਹੜੀਆਂ ਹੈਗੀਆਂ ਜਦੋਂ ਪਹਿਲਾਂ ਇੱਥੇ ਪ੍ਰਿੰਸੀਪਲ ਪੁਰਾਣੇ ਸੀਗੇ ਉਦੋਂ ਉਹਦੀਆਂ ਰੁਕੀਆਂ ਹੋਈਆਂ ਕਿ ਜਿਹੜੀ ਹੁਣ ਨਵੀਂ ਪ੍ਰਿੰਸੀਪਲ ਆਈ ਉਹਦੇ ਕਰਕੇ ਰੁਕੀਆਂ ਨਹੀਂ ਸਰ ਜਦੋਂ ਸਰਤਾ ਮੈਡਮ ਸੀਗੇ ਉਦੋਂ ਦੀਆਂ ਰੁਕੀਆਂ ਹੋਈਆਂ ਤੇ ਕਹਿੰਦੇ ਕੀ ਇਹ ਕਾਲਜ ਵਾਲੇ ਕਹਿੰਦੇ ਜੀ ਬੱਚੇ ਘੱਟ ਹੈਗੇ ਜੀ ਇਸ ਕਰਕੇ ਨਹੀਂ ਦੇ ਰਹੇ ਨਹੀਂ ਹੁਣ ਜੇ ਬੱਚੇ ਘੱਟ ਹੈ ਇਹਦੇ ਵਿੱਚ ਹੁਣ ਸਟਾਫ ਦਾ ਥੋੜੀ ਕਸੂਰ ਹੋ ਸਕਦਾ ਸਰ ਅਸੀਂ ਤਾਂ ਸਰ ਕਿਹਾ ਵੀ ਸਾਡਾ ਹਿਸਾਬ ਕਰ ਦਿਓ ਜੇ ਬੱਚੇ ਘੱਟ ਹੈ ਹਾਂਜੀ ਤੇ ਫਿਰ ਉਹ ਕੀ ਕਹਿੰਦੇ ਆ पिछली सैलरी है कोई जवाब नहीं देंगे बोलते ही नहीं उस गल नहीं कौन कह रहा प्रिंसीपल मैडम कह रही है या जो मेन है गवर्नमेंट वालों इन्हां नूं कोई एड एड थोड़ी मिलदी है एड मिलदी सी जी मिलदी है पोस्टां दी हुण बाकी बंदे रिटायर हो गए चार पांच पोस्टां रह गईआं 95 दीआं उधरों डीपीआई वालों ग्रांट आंदी है इन्हां नूं पंजाब सरकार वालों ते उहदे मतलब इन्हां ने सर सानूं इन्ना गुमराह कर रहे आ ते हुण दसो परिवार सानूं पालने बहुत मुश्किल हो गए तुहाडे इत्थे जिन्ने हुण तुसीं बैठे हो सारे इहदे विच प्रोफेसर वगैरह भी हैगे जिन्हां दीआं रुकीआं नॉन टीचर ने सारे तकरीबन जिदा तुम कहते हो कि 8-9 महीने हो गए है ना 8-9 महीने तो इन्हों वाल कि बैलेंस पेमेंट रही तो 25-30 महीना बैलेंस रही 25-30 महीने तो दिता ही कुछ नहीं इन्होंने बीच में भी दिता ना 9 महीना 8 महीना फिर दे दिया फिर बाद बंद कर दिया बीच में हाफ करके दो बारी 3 दे दिया हाफ हाफ करके नहीं जिदा तुम लिखा तनखा पेंडिंग 25-30 महीने पेंडिंग है टोटल पेंडिंग 25-30 महीने ਉਸ ਹਿਸਾਬ ਨਾਲ ਤੇ ਤੁਹਾਡੇ ਫਿਰ 2018 ਤੋਂ ਇਹਨਾਂ ਨੇ ਤਨਖਾਹਾਂ ਰੋਕਣਾ ਸ਼ੁਰੂ ਕੀਤਾ ਆ ਉਹਦੇ ਵਿੱਚ ਵਿੱਚ ਫਿਰ ਦੇਣ ਲੱਗੇ ਜਿੱਦਾਂ ਦੋ ਤਨਖਾਹਾਂ ਰੋਕ ਲਈ ਤੀਜੀ ਦੇਤੀ ਤੇ ਜੇ ਫਿਰ ਚਾਰ ਤਨਖਾਹਾਂ ਰੋਕ ਲਈ ਇੱਕ ਦੇਤੀ ਫਿਰ 10 ਰੋਕ ਲਈ ਇਦਾਂ ਕਰਕੇ ਸਾਨੂੰ ਤਨਖਾਹਾਂ ਰੋਕ ਰੋਕ ਕੇ 25-30 ਮਹੀਨਾ ਪੈਂਡਿੰਗ ਕਰ ਅਗੇ ਰੁਟੀਨ ਦੇ ਨਾਲ ਹਰ ਮਹੀਨੇ ਜਿੱਦਾਂ ਦੇਣੀ ਹੁੰਦੀ ਉਹ ਨਹੀਂ ਦੇ ਰਹੇ ਰੁਟੀਨ ਨਾਲ ਤਨਖਾਹਾਂ ਨਹੀਂ ਦਿੱਤੀ ਆ ਅਸੀਂ ਲੇਬਰ ਕਮਿਸ਼ਨਰ ਨੂੰ ਵੀ ਗੁਹਾਰ ਲਗਾਈ ਆ ਜੀ ਉਹਨਾਂ ਨੇ ਵੀ ਇਹਨਾਂ ਨੂੰ ਕੋਈ ਅਪਲਾਈ ਨਹੀਂ ਦਿੱਤੀ ਸਾਨੂੰ ਉਹਦੇ ਬਾਰੇ ਨਹੀਂ ਪਤਾ लेबर कोर्ट च केस किता अभी नहीं किता सर हाले सोचे कि ये दे दें तो अभी लेबर कोर्ट जानता की मतलब है सानू असी इन्हां दे भी सेवा बच्चे घट हैं तो असी भी थोड़ी चलो इन्ना 18-20 लेकिन थोड़ी थोड़ी करके तनखावां देई जाए साडा भी गुजारा चली जाए लेबर कोर्ट जावांगा तो मुकदमाबाजी होनी होनी है फिर ओदे करके सानू तंग करेंगे असी इन्हां नू तंग करांगा फिर तो एक झगड़ा आ गई यार पार वाली गल चार-चार, पांच-पांच महीने की तनखा दे जो ਉਹਦੇ ਬਾਅਦ ਫਿਰ ਮਹੀਨਾ 2 ਮਹੀਨੇ ਰੋਕ ਲੋ ਫਿਰ 4-5 ਮਹੀਨੇ ਦੇ ਦਿਓ ਉਹਦੇ ਹਿਸਾਬ ਨਾਲ ਤੁਹਾਡੇ ਵੀ ਪੈਸੇ ਆ ਜਾਣਗੇ ਤੇ ਕਾਲਜ ਤੇ ਵੀ ਇੰਨਾ ਜ਼ਿਆਦਾ ਭਾਰ ਨਹੀਂ ਪਊਗਾ ਹਾਂਜੀ ਇਹਦੇ ਬਾਅਦ ਹੁਣ ਤੁਸੀਂ ਧਰਨਾ ਮਾਰਿਆ ਹੈਗਾ ਧਰਨੇ ਤੋਂ ਬਾਅਦ ਤੁਹਾਡੇ ਹੋਰ ਕੋਈ ਅਸੀਂ ਬਹੁਤ ਤੰਗ ਹੋ ਗਏ ਡੀਸੀ ਸਾਹਿਬ ਕੋ ਗਏ ਫਿਰ ਡੀਸੀ ਸੇ ਗੱਲ ਹੋਈ ਬੈਚੁਲਰ ਮੀਟਿੰਗ ਕੀਤੀ ਖੁਸ਼ਬੂ ਮੈਡਮ ਜੋ ਹੈ ਯਹਾਂ ਕੇ ਮੈਨੇਜਮੈਂਟ ਦੇ ਪ੍ਰਧਾਨ ਉਹਨਾਂ ਨਾਲ ਗੱਲ ਹੋਈ 2 ਮਹੀਨਾ ਟਾਈਮ ਵੀ ਮੰਗਿਆ ਉਹਨਾਂ ਨੇ ਅਸੀਂ 2 ਮਹੀਨਾ ਟਾਈਮ ਵੀ ਦੇ ਦਿਆ ਫਿਰ ਵੀ ਕੋਈ ਗੱਲਬਾਤ ਨਹੀਂ ਹੋਈ ਤੇ ਡੀਸੀ ਸਾਹਿਬ ਨੇ ਤੁਹਾਨੂੰ ਕੀ ਕੰਫੀਡੈਂਸ ਦਿੱਤਾ ਵੀ ਹਾਂ ਹੋ ਜਾਏਗਾ 2 ਮਹੀਨਾ ਤੁਸੀਂ ਦੇਖ ਲਿਓ ਮੇਰੇ ਵੱਲੋਂ ਕਹਿੰਦ ਜਿਹੜੇ ਪਹਿਲਾਂ ਸੀਗੇ ਕਿ ਜਿਹੜੇ ਹੁਣ ਆਏ ਨਹੀਂ ਜਿਹੜੇ ਪਹਿਲੇ ਸੀਗੇ ਪਹਿਲੇ ਸੀਗੇ ਜਿਹੜੇ ਇਹ ਡੀਸੀ ਸਾਹਿਬ ਉਹਨਾਂ ਦਾ ਨਾਮ ਕੀ ਸਿੰਘ ਜੱਸਲ ਨਹੀਂ ਜਿਹੜੇ ਇਸ ਤੋਂ ਪਹਿਲਾਂ ਡੀਸੀ ਸਰ ਸੀਗੇ ਉਹਨਾਂ ਨੂੰ ਨਹੀਂ ਮਿਲੇ ਸੀ ਤੁਸੀਂ ਮਾਰ ਕੇ ਡੀਸੀ ਡੀਸੀ ਨੂੰ ਦਿੱਤੇ ਸੀਗੇ ਉਹਨੇ ਸਾਨੂੰ ਕਿਹਾ ਵੀ 2 ਮਹੀਨੇ ਠਹਿਰ ਜਾਓ ਐਡਮਿਸ਼ਨ ਚੱਲ ਰਹੀ ਹੈ ਤੁਹਾਨੂੰ ਸੈਲਰੀ ਕੰਟੀਨਿਊ ਮਿਲਣੇ ਸ਼ੁਰੂ ਹੋ ਜਾਏ ਤੇ ਵੈਸੇ ਜੇ ਤੁਸੀਂ ਧਰਨਾ ਅੱਜ ਹੀ ਲਾਇਆ ਅੱਜ ਲਾਇਆ ਜੀ
ਕਿੰਨੇ ਦਿਨਾਂ ਲਈ ਕਿ ਕੰਟੀਨਿਊ ਚਲਣਾ ਜਦ ਤੱਕ ਤੁਹਾਨੂੰ ਕੁਝ ਨਹੀਂ ਦਿੰਦੇ ਇਹ ਪੋਸਟਪੋਨ ਜਦ ਤੱਕ ਤੁਹਾਨੂੰ ਪੂਰੀ ਪੇਮੈਂਟ ਵਗੈਰਾ ਜਾਂ ਕੋਈ ਪਾਰਟ ਪੇਮੈਂਟ ਕੁਝ ਨਹੀਂ ਤੁਹਾਡੇ ਪੱਲੇ ਪਾਉਂਦੇ ਜਦ ਤੱਕ ਕੁਝ ਨਹੀਂ ਦਿੰਦੇ ਕੀ ਕਰਾਂਗਾ ਸਰ ਅਸੀਂ ਰੋਟੀ ਖਰਚਾ ਚਲਾਉਣੇ ਤੇ ਸੈਲਰੀ ਜਿਹੜੀ ਤੁਹਾਡੀ ਆਉਂਦੀ ਹੈ ਸਰ ਸਾਰੀ ਬੈਂਕ 'ਚ ਹੀ ਆਉਂਦੀ ਹੈ ਜਿਹੜੇ ਅਸੀਂ ਬੈਠੇ ਇਹਨਾਂ ਨੇ ਲਿਖਿਆ ਕਿ ਕੰਟੀਨਿਊ ਦੇ ਰਹੇ ਆ ਸਾਨੂੰ ਪ੍ਰੂਫ ਕਰ ਦੇਣ ਕਿ ਸੈਲਰੀ ਕਦੋਂ ਕੰਟੀਨਿਊ ਦੇ ਰਹੇ ਆ ਸਰ ਹੁਣ ਹੀ ਨੋਟਿਸ ਦਿੱਤਾ ਹੈ ਕਿ ਤੁਹਾਨੂੰ ਲਗਾਤਾਰ ਦਿੱਤੀ ਜਾ ਰਹੀ ਹੈ अगर ज्यादा गल बैंक स्टेटमेंट कढ़ा के देख लो अकाउंट किन्ने पैसे आए है बैंक ते जिहड़ी है ना बैंक तो गलत नहीं ना दसूगा बैंक ते सही दसूगा ही इंक्रीमेंट नहीं लगा ਪੰਦਰਾਂ ਮਹੀਨਾ ਪਹਿਲਾਂ ਅੱਧੀ ਤਨਖਾਹ ਪਾਈ ਸੀਗੀ ਪੰਦਰਾਂ ਦਿਨਾਂ ਚ ਬਾਕੀ ਪਾ ਦਾਂਗੇ ਪਰ ਉਸ ਤੋਂ ਬਾਅਦ ਕਿਸੇ ਨੇ ਕੁਛ ਨਹੀਂ